सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। ਵੱਡੀ ਖਬਰ ਪੰਜਾਬ 'ਚ ਆਪਸੀ ਰੰਜਿਸ਼ ਕਾਰਨ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ 'ਚ ਹਰ ਰੋਜ਼ ਕਿਤੇ ਨਾ ਕਿਤੇ ਹਰ ਰੋਜ਼ ਅਜਿਹੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਧੂਰੀ ਦੇ ਨੇੜਲੇ ਪਿੰਡ ਬੁੱਗਰਾਂ 'ਚ ਜਿੱਥੇ ਆਪਸੀ ਰੰਜਿਸ਼ ਦੇ ਕਾਰਨ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਖੂਨੀ ਝੜਪ 'ਚ ਇੱਕ ਔਰਤ ਸਮੇਤ 5 ਵਿਅਕਤੀ ਜ਼ਖਮੀ ਹੋ ਗਏ ਨੇ। ਜ਼ਖਮੀ ਹੋਏ ਵਿਅਕਤੀਆਂ 'ਚੋਂ 3 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਧੂਰੀ ਦੇ SHO ਮੇਜਰ ਸਿੰਘ ਨੇ ਦੱਸਿਆ ਕਿ ਪਿੰਡ 'ਚ ਆਪਸੀ ਰੰਜਿਸ਼ ਕਾਰਨ 2 ਧਿਰਾਂ ਦਾ ਝਗੜਾ ਹੋ ਗਿਆ ਸੀ, ਜਿਸ ਦੌਰਾਨ ਇੱਕ ਧਿਰ ਦੇ ਵੱਲੋਂ ਦੂਜੇ ਧਿਰ ਉੱਪਰ ਗੋਲੀਆਂ ਚਲਾਈਆਂ ਗਈਆਂ। ਇੱਕ ਔਰਤ ਸਮੇਤ 5 ਲੋਕ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਾਇਆ ਗਿਆ। ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ। ਸਿਵਲ ਜ਼ਮੀਨ ਨੂੰ ਲੈ ਕੇ ਗਣਾ ਦੋਤਰਾ ਜਾਬ 'ਚ ਚੱਲਦਾ ਪੁਰਾਣਾ, ਪਤਾ ਲੱਗਿਆ ਜੀ ਕੱਲ੍ਹ ਮੈਂ ਮੌਕੇ 'ਤੇ ਵੀ ਗਿਆ ਅਤੇ ਦੋ ਢਾਈ ਸਾਲ ਪਹਿਲਾਂ ਹੀ ਮੁਕੱਦਮਾ ਦਰਜ ਹੋਇਆ ਜੀ। ਅਤੇ ਕੱਲ੍ਹ ਫਿਰ ਦੋਨੇ ਤਰ੍ਹਾਂ ਸੜਕ ਦੇ ਉੱਤੇ ਭਿੜੀਆਂ ਨੇ ਆਪ 'ਚ, ਅਤੇ ਇੱਕ ਧਿਰ ਵੱਲੋਂ ਫਾਇਰ ਕੀਤਾ ਗਿਆ ਅਤੇ ਉਹ ਛਰੇ ਲੱਗੇ ਨੇ 6 ਬੰਦਿਆਂ ਦੇ। ਜਿਹੜਾ ਸੋਨੀ ਨਾਂ ਦਾ ਮੁੰਡਾ ਉਹਦੇ ਥੋੜ੍ਹਾ ਜਿਹਾ ਮੱਥੇ 'ਚ ਲੱਗਣ ਕਰਕੇ ਸੀਰੀਅਸ ਹੈ, ਅਤੇ ਬਾਕੀ ਬੰਦੇ ਨੋਰਮਲੀ ਛਰੇ ਹੈਗੇ ਸਾਰਿਆਂ ਦੇ ਵੈਸੇ, ਅਤੇ ਪਰ ਹੋਸਪਿਟਲ ਆਏ ਤਾਂ ਸ਼ਾਇਦ 5 ਵਜੇ। ਮੈਂ ਮੌਕੇ 'ਤੇ ਵੀ ਗਿਆ ਅਤੇ ਉੱਥੇ ਮੌਕੇ ਦੇ ਘਰ ਦੋਨਾਂ ਦੇ ਘਰ ਮਿਲਿਆ ਨਹੀਂ ਹੈ ਕੋਈ, ਇਹ ਫਿਰ ਪਟਿਆਲੇ ਬੰਦੇ ਰੈਫਰ ਹੋ ਗਏ ਅਤੇ ਪਟਿਆਲੇ ਵੀ ਮੈਂ ਪਹੁੰਚਿਆ ਅਤੇ ਪਟਿਆਲੇ ਅਨਫਿਟ ਨੇ ਬੰਦੇ, ਪਰ ਉੱਥੇ ਬੰਦਾ ਸਾਨੂੰ ਸਟੇਟਮੈਂਟ ਨਹੀਂ ਮਿਲੀ ਸਾਨੂੰ ਮਤਲਬ ਤੱਕ। ਅੱਜ ਦੇਖਦੇ ਹਾਂ ਜੀ ਜੋ ਸਟੇਟਮੈਂਟ ਮਿਲੇ ਨਾ ਅਤੇ ਐਫ ਆਈ ਆਰ ਲੌਜ ਕਰਕੇ ਵੀ ਦੌਰਾਨੇ ਤੁਸੀਂ ਜੋ ਸਭ ਤੱਥ ਸਾਹਮਣੇ ਆਉਣਗੇ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਊਗੀ। ਕੀ ਜਿਹਨਾਂ ਨੇ ਫਾਇਰ ਕੀਤਾ ਉਹਨਾਂ 'ਤੇ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂ? ਇਹਨਾਂ ਦਾ ਮੁਕੱਦਮਾ ਦਰਜ ਹੈ, ਜਿਹਨਾਂ ਦੇ ਫਾਇਰ ਲੱਗੇ ਆ ਉਸ 'ਤੇ ਵੱਲੋਂ ਪਹਿਲਾਂ ਮੁਕੱਦਮਾ ਦਰਜ ਹੈ ਦੂਜੀ ਪਾਰਟੀ ਦੇ ਖਿਲਾਫ਼। ਉਹ ਲੋਕ ਨਹੀਂ ਹੋ ਰਹੇ ਨਹੀਂ ਨਾਨਕੇ ਘਰ ਰਹਿ ਰਹੇ ਨੇ, ਉਹ ਜਿਹੜਾ ਕਰਤਾਰ ਸਿੰਘ ਹੈ ਕਹਿੰਦਾ ਉਹ ਆਪਣੇ ਸਹੁਰੇ ਘਰ ਰਹਿ ਰਹੇ ਅਤੇ ਉਹਦੇ 2 ਅੱਗੇ ਮੁੰਡੇ ਨੇ ਜਿਹਨਾਂ ਦੇ ਫਾਇਰ ਲੱਗੇ ਨੇ ਪਾਰਟੀ ਇਹ ਪਹਿਲਾਂ ਵਸੇਂਦੀ ਇਸੇ ਪਿੰਡ ਦੀ ਮੋਹਰੇ, ਦੂਜੇ ਬਾਦਸ਼ਾਹਪੁਰ ਪਿੰਡ ਆਉਂਦਾ ਵਾ ਪਿੱਛਾ ਕਰਤਾਰ ਸਿੰਘ ਦਾ ਭੋਲਾ ਵੀ ਕਹਿੰਦੇ ਨੇ ਉਹਨੂੰ। ਉਹ ਕਿੰਨੇ ਬੰਦੇ ਸੀ ਪਤਾ ਨਹੀਂ, ਬੰਦਿਆਂ ਬਾਰੇ ਤਾਂ ਸਾਹਮਣੇ ਨਹੀਂ ਆਏ ਵੀ ਕਿੰਨੇ ਦੇ ਕਿੰਨੇ ਨਾਲ ਦੇ, ਕਿਉਂਕਿ ਰੋਡ ਚੱਲਦਾ ਸੀ, ਰੋਡ ਦੇ ਉੱਤੇ ਪਬਲਿਕ ਵੀ ਖੜ੍ਹੀ ਸੀ ਅਤੇ ਦੋਨੇ ਧਿਰਾਂ ਦੇ ਬੰਦੇ ਵੀ ਹੈਗੇ ਤੇ ਆਪ 'ਚ ਜੀ, ਰੋਡ ਦੇ ਉੱਤੇ ਇਹਨਾਂ ਦਾ ਆਪ 'ਚ ਹੋਇਆ। ਜਿਹੜੇ ਸਰ ਫੱਟੜ ਹੋਏ ਨੇ ਇੱਕੋ ਪਰਿਵਾਰ ਨਾਲ ਸੰਬੰਧਿਤ ਨਾ ਵੱਖ ਵੱਖ ਨੇ? 2 ਮਤਲਬ ਕਿ ਹਮਦਰਦੀ ਵੀ ਹੈਗੇ ਜਿਵੇਂ ਛਡਾਉਣ ਵਾਲਾ ਆ ਗਿਆ, 2 ਉਹਨਾਂ ਦੇ ਵੀ ਸ਼ਰੇ ਲੱਗੇ ਨੇ, ਇੱਕ ਲੇਡੀ ਦੇ ਵੀ ਲੱਗੇ ਨੇ। ਧੂਰੀ ਤੋਂ ਬਿਊਰੋ ਰਿਪੋਰਟ NC7 ਨਿਊਜ਼।